ਹਾਂਜੀ, ਅੱਜ ਅਸੀਂ ਖੜ੍ਹੇ ਹਾਂ ਮਾਨਸਾ ਦੇ ਸੈਂਟਰ ਪਾਰਕ ਦੇ ਵਿੱਚ ਜਿੱਥੇ ਫਲਾਵਰ ਸ਼ੋਅ ਹੋ ਰਿਹਾ ਇਨਵਾਇਰਮੈਂਟ ਸੁਸਾਇਟੀ ਮਾਨਸਾ ਦੇ ਵੱਲੋਂ। ਇੱਥੇ ਪ੍ਰਦਰਸ਼ਨੀ ਲੱਗੀ ਆ। ਪ੍ਰਦਰਸ਼ਨੀ ਦੇ ਵਿੱਚ ਮੈਂ ਜਿਹੜੀ ਤੁਹਾਨੂੰ ਅੱਜ ਚੀਜ਼ ਦਿਖਾਉਣੀ, ਸਕਰੈਪ ਦੀ ਗੱਲ ਕਰਦੇ ਹਾਂ ਆਪਾਂ, ਘਰੋਂ ਜਿਹੜੀ ਵੀ ਚੀਜ਼ ਵੇਸਟ ਹੋ ਜਾਂਦੀ ਅਸੀਂ ਚੱਕ ਕੇ ਬਾਹਰ ਮਾਰਦੇ ਹਾਂ ਜਾਂ ਕਬਾੜੀਆਂ ਨੂੰ ਵੇਚ ਦਿੰਦੇ ਹਾਂ ਨਾ, ਪਰ ਇੱਥੇ ਇੱਕ ਵੱਖਰੀ ਚੀਜ਼ ਸਾਨੂੰ ਮਿਲੀ ਆ ਵੀ ਉਹਨਾਂ ਨੇ ਸਕਰੈਪ ਨੂੰ ਜੋੜ ਕੇ, ਸਕਰੈਪ ਨੂੰ ਇਕੱਠੀ ਕਰਕੇ ਇੱਥੇ ਇੱਕ ਬਹੁਤ ਸਾਰੇ ਪ੍ਰੋਡਕਟ ਬਣਾਏ ਹੋਏ ਨੇ, ਆ ਚੀਜ਼ਾਂ ਬਣਾਈਆਂ ਹੋਈਆਂ ਨੇ ਸਾਰੀਆਂ। ਅਤੇ ਵੀਰ ਕਿੱਥੋਂ ਆਏ ਨੇ ਮੈਂ ਗੱਲਬਾਤ ਕਰਦਾ ਨਾਲ ਨਾਲ, ਤੁਹਾਨੂੰ ਅਸੀਂ ਸਾਰੇ ਇਹਨਾਂ ਦੇ ਜਿਹੜਾ ਪਾਰਟ ਬਣਾਏ ਹੋਏ ਨੇ ਉਹਨੂੰ ਦਿਖਾਵਾਂਗੇ ਵੀ, ਹੈ ਨਾ। ਹਾਂਜੀ ਵੀਰ ਜੀ, ਕੀ ਹਾਲ ਚਾਲ? ਵਧੀਆ ਜੀ, ਸਤਿ ਸ਼੍ਰੀ ਅਕਾਲ ਆਪਣੇ ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਆਇਆ ਭਾਜੀ? ਸਰ ਮੇਰਾ ਨਾਮ ਕਮਲ ਹੈ, ਮੈਂ ਬਠਿੰਡੇ ਤੋਂ ਆਇਆ ਜੀ। ਅੱਛਾ ਜੀ। ਬਠਿੰਡੇ ITI ਚੌਕ 'ਤੇ ਆਪਣੀ ਵਰਕਸ਼ਾਪ ਹੈਗੀ ਹੈ ਜੀ, ਅਤੇ ਅਸੀਂ ਇਨਵਾਇਰਮੈਂਟ ਲਈ ਹੀ ਕੰਮ ਕਰ ਰਹੇ ਹਾਂ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ। ਅਤੇ ਜਿਹੜਾ ਆਪਣਾ ਸਕਰੈਪ ਹੁੰਦਾ, ਆਪਾਂ ਮੈਟਲ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਆਪਾਂ ਸੁੱਟ ਦਿੰਦੇ ਹਾਂ, ਟਾਇਰ ਨੂੰ, ਮੈਟਲ ਨੂੰ, ਲੱਕੜ ਨੂੰ, ਜਾਂ ਕੋਈ ਵੀ ਪਲਾਸਟਿਕ ਦੀ ਬੋਤਲ ਨੂੰ, ਪਰ ਮੈਨੂੰ ਲੱਗਦਾ ਆਪਾਂ ਉਹਨੂੰ ਰੀਯੂਜ਼ ਕਰਕੇ ਆਪਾਂ ਕੁਛ ਨਵਾਂ ਕ੍ਰੀਏਟ ਕਰ ਸਕਦੇ ਹਾਂ। ਇਸ ਚੀਜ਼ ਨੂੰ ਕਹਿੰਦੇ ਅਪਸਾਈਕਲਿੰਗ। ਅਸੀਂ ਐਕਚੁਅਲ 'ਚ ਵਰਕਿੰਗ ਕੀ ਕਰਦੇ ਹਾਂ, ਰੀਸਾਈਕਲਿੰਗ ਨਹੀਂ ਕਰਦੇ, ਅਸੀਂ ਅਪਸਾਈਕਲਿੰਗ ਕਰਦੇ। ਅਪਸਾਈਕਲਿੰਗ ਦਾ ਇਹ ਚੀਜ਼ ਹੁੰਦੀ ਹੈ ਕਿ ਆਪਾਂ ਜੋ ਚੀਜ਼ ਸਿੱਟਣੀ ਹੈ ਉਹਨੂੰ ਰੀਯੂਜ਼ ਕਰਨਾ, ਉਹਨੂੰ ਸਕਰੈਪ ਨੂੰ ਮੈਲਟ ਕਰਕੇ ਦੁਬਾਰਾ ਕੁਛ ਬਣਾਉਣਾ, ਲੇਕਿਨ ਉਸੇ ਮੈਟਲ ਨੂੰ ਅਸੀਂ ਰੀਯੂਜ਼ ਕਰ ਸਕਦੇ ਹਾਂ ਜਾਂ ਫਿਰ ਉਹਦਾ ਕੁਛ ਡੈਕੋਰੇਸ਼ਨ ਆਈਟਮ ਬਣਾ ਸਕਦੇ ਹਾਂ ਜਾਂ ਕਿਸੇ ਕੰਮ ਦੇ ਵਿੱਚ ਲੈ ਸਕਦੇ ਹਾਂ ਜੋ ਆਪਣੇ ਯੂਜ਼ ਆ ਸਕੇ। ਅਸੀਂ ਉਸ ਥੀਮ ਦੇ ਉੱਤੇ ਕੰਮ ਕਰਦੇ ਹਾਂ। ਰੀਸਾਈਕਲਿੰਗ ਦੀ ਗੱਲ ਕੀਤੀ ਹੈ, ਰੀਯੂਜ਼ ਦੀ ਗੱਲ ਕੀਤੀ ਆ, ਸਰ ਤੁਹਾਡੇ ਕੋਲ ਆਰਟ ਹੈ, ਤੁਸੀਂ ਕਰ ਸਕਦੇ ਹੋ, ਜਿਹੜੀ ਆਮ ਜਨਤਾ ਸਾਡੇ ਵਰਗੇ ਲੋਕ ਨੇ ਸਾਨੂੰ ਤਾਂ ਕੁਝ ਬਣਾਉਣਾ ਨਹੀਂ ਆਉਂਦਾ, ਤੇ ਅਸੀਂ ਕਿਵੇਂ ਕਰ ਸਕਦੇ ਹਾਂ, ਦੱਸਿਓ ਮੜਾ ਜੀ। ਸਰ ਹਰ ਇੱਕ ਦੇ ਵਿੱਚ ਨਾ ਕੋਈ ਆਰਟ ਹੁੰਦਾ। ਇੱਕ ਤੁਸੀਂ ਮੇਰੇ ਨਾਲ ਹੁਣ ਗੱਲ ਕਰ ਰਹੇ ਹੋ, ਇਹ ਵੀ ਇੱਕ ਆਰਟ ਹੈ, ਠੀਕ ਹੈ। ਇੱਕ ਤੁਸੀਂ ਨਾ ਕਿਸੇ ਨਾਲ ਡੀਲ ਕਰਨਾ, ਇੱਕ ਗੱਲ ਕਰਨੀ ਕਿਸੇ ਨਾਲ, ਹਰ ਬਾਕੀ ਤੁਸੀਂ ਅੰਦਰ ਵੀ ਜਾ ਕੇ ਆਏ ਹੋਗੇ, ਤੁਸੀਂ ਦੇਖਿਆ ਹੋਊਗਾ ਪੇਂਟਿੰਗਸ ਇੱਕ ਅਲੱਗ ਆਰਟ ਫਾਰਮ ਹੈ, ਡਾਂਸ ਇੱਕ ਅਲੱਗ ਆਰਟ ਫਾਰਮ ਹੈ, ਹਰ ਤਰ੍ਹਾਂ ਦੇ ਵਿੱਚ ਆਰਟ ਹੈ। ਪਰ ਹਾਂ, ਰੀਸਾਈਕਲ ਦੇ ਵਿੱਚ ਆਪਾਂ ਕਿਵੇਂ ਯੂਜ਼ ਕਰੀਏ, ਬਸ ਉਹ ਹੈ ਕਿ ਥਿੰਕਿੰਗ ਹੈ ਆਪਣੀ ਕਿ ਆਪਾਂ ਉਹਨੂੰ ਕਿਵੇਂ ਰੀਯੂਜ਼ ਕਰ ਸਕਦੇ ਹਾਂ, ਮਾਈਂਡ ਦੇ ਵਿੱਚ ਕੀ ਚੱਲਦਾ, ਮਾਈਂਡ ਦੇ ਵਿੱਚ ਕੀ ਚੱਲਦਾ, ਹੈ ਨਾ। ਅਤੇ ਉਸੇ ਤਰੀਕੇ ਨਾਲ ਅਸੀਂ ਬਹੁਤ ਸਾਰੀ ਚੀਜ਼ਾਂ ਬਣਾ ਰੱਖੀਆਂ ਅਤੇ ਤੁਹਾਨੂੰ ਉਹ ਚੀਜ਼ ਦਿਖਾਉਂਦੇ ਵੀ ਹੈ, ਅਤੇ ਉਹਦੇ ਬਾਰੇ ਆਪਾਂ ਗੱਲ ਵੀ ਕਰ ਰਹੇ ਹਾਂ। ਦੱਸੋ, ਦੇਖਣ ਤੋਂ ਪਹਿਲਾਂ ਵੀ ਜਿੱਦਾਂ ਇਹਦੇ ਤੁਸੀਂ ਆਰਟ ਜਿਹੜਾ ਇਹ ਦਿਖਾ ਰਹੇ ਹੋ, ਇਹ ਤੁਸੀਂ ਸਿੱਖਿਆ ਕਿ ਕਿੱਥੋਂ ਕਲਾਸਾਂ ਲਈਆਂ, ਕੀ ਗੱਲਬਾਤ? ਨਹੀਂ ਸਰ, ਮੈਂ ਬਾਏ ਸਟੱਡੀ ਤੋਂ ਮੈਂ ਇਲਾਕੇ ਚੱਲੋ, ਮੈਂ MBA ਹਾਂ ਜੀ, ਠੀਕ ਹੈ। ਅਤੇ ਮੈਂ ਉਸ ਤੋਂ ਬਾਅਦ MBA ਫਾਈਨੈਂਸ ਕਰਕੇ ਮੈਂ ਰੈਸਟੋਰੈਂਟ ਖੋਲਿਆ ਹੋਇਆ, ਠੀਕ ਹੈ। ਪਰ ਮੈਨੂੰ ਆਰਟ ਦਾ ਸ਼ੌਕ ਸੀਗਾ, ਮੇਰੀ ਵਾਈਫ ਨੂੰ ਆਰਟ ਦਾ ਸ਼ੌਕ ਹੈਗਾ, ਅਤੇ ਅਸੀਂ ਮਿਲ ਕੇ ਹੁਣ ਇਹੋ ਜਿਹਾ ਆਰਟ ਵਰਕ ਸਟਾਰਟ ਕੀਤਾ। ਮੇਰੇ ਨਾਲ ਇਸ ਕੰਮ ਦੇ ਵਿੱਚ ਮੇਰੀ ਪੂਰੀ ਟੀਮ ਲੱਗੀ ਹੋਈ ਹੈ, ਵੈਲਡਰਸ ਹੈ, ਪੇਂਟਰਸ ਹੈ, ਡਿਜ਼ਾਈਨਰਸ ਹੈਗੇ ਆ, ਅਤੇ ਅਸੀਂ ਹੁਣ ਵੱਡੇ ਲੈਵਲ 'ਤੇ ਆਰਟ ਫਾਰਮ ਕਰਦੇ ਹੁੰਦੇ ਹਾਂ ਕਿ ਵੀ ਮੈਟਲ ਦੇ ਵਿੱਚ ਸਪੈਸ਼ਲੀ ਕੰਮ ਕੀਤਾ ਜਾਵੇ। ਆਪਾਂ ਦੇਖਦੇ ਹਾਂ ਆਪਣੇ ਪ੍ਰੋਡਕਟ, ਹੈ ਨਾ। ਅਤੇ ਪਹਿਲਾਂ ਕੀ ਸ਼ੁਰੂ ਦੇ ਵਿੱਚ ਕੀ ਚੱਕਦੇ ਹੋ ਤੁਸੀਂ ਇੱਥੋਂ? ਸ਼ੁਰੂਆਤ ਕਰਦੇ ਹਾਂ ਹਾਂਜੀ, ਕਿ ਆਪਾਂ ਜਦੋਂ ਆਪਾਂ ਘਰ ਬਣਾਉਂਦੇ ਨਾ, ਆਪਾਂ ਰੇਤਾ ਮੰਗਵਾਉਂਦੇ ਹੁੰਦੇ ਹਾਂ, ਠੀਕ ਹੈ। ਰੇਤੇ ਵਿੱਚ ਨਾ ਵੱਡੇ ਵੱਡੇ ਪੱਥਰ ਨਿਕਲਦੇ ਆ ਜੀ, ਜਿਹਦਾ ਆਪਾਂ ਕੁਛ ਨਹੀਂ ਕਰਦੇ, ਬਾਹਰ ਸੁੱਟ ਦਿੰਦੇ ਹਾਂ। ਆ ਉਹ ਪੱਥਰ ਹੈ, ਆ ਦੇਖੋ ਜੀ, ਪੱਥਰ ਨੂੰ ਮੋਡੀਫਾਈ ਕਰਤਾ ਇਹਨਾਂ ਨੇ, ਮਤਲਬ ਕਰਿਆ ਵੀ ਕੁਛ ਨਹੀਂ ਇਹਨਾਂ ਨੇ, ਆਪਣੇ ਲਵੋ ਥੋੜ੍ਹਾ ਸਮਾਨ ਲਾ ਕੇ ਇੱਕ ਆਈਟਮ ਤਿਆਰ ਕਰ, ਬਸ ਇਹ ਦਿਮਾਗ ਵਾਲੀ ਗੱਲ ਹੈ ਕਿ ਕਿਹੜਾ ਪੀਸ ਕਿਵੇਂ ਲਾਉਣਾ ਹੈ। ਹਾਂ, ਗੱਲ ਤਾਂ ਆ ਗਈ ਹੈ, ਗੱਲ ਉਹੀ ਹੈ, ਇਹਨੂੰ ਯੂਜ਼ ਕਿੱਥੇ, ਇਹੀ ਆਰਟ ਵਰਕ ਹੈ। ਠੀਕ ਹੈ, ਠੀਕ ਹੈ। ਸਮਨ ਡਿਜ਼ਾਈਨਿੰਗ ਬਣਾ ਸਕੇ, ਇਹ ਕੋਠਾ ਸੇਲ ਕਰ ਦੇਾਂਗੇ? ਹਾਂਜੀ, ਸੇਲ ਵਾਸਤੇ ਵੀ ਅਵੇਲੇਬਲ ਹੈ, ਚਾਹੁੰਦਾ ਵੀ ਸੇਲ, ਨਹੀਂ ਨਹੀਂ ਸੇਲ ਵਾਸਤੇ ਵੀ ਅਵੇਲੇਬਲ ਹੈ, ਤੇ ਕਸਟਮਾਈਜੇਸ਼ਨ ਵੀ ਅਵੇਲੇਬਲ ਹੈ। ਤੁਸੀਂ ਕਦੇ ਕੋਈ ਡਿਜ਼ਾਈਨ ਕਿਤੇ ਦੇਖਿਆ ਹੋਵੇ, ਤੁਸੀਂ ਸਾਈਜ਼ ਦੇਖਣਾ ਹੋਵੇ ਕਿ ਵੀ ਆਪਣੇ ਇਸ ਖਾਨੇ ਦੇ ਵਿੱਚ ਇਸ ਸਾਈਜ਼ ਦਾ ਚਾਹੀਦਾ, ਆਪਾਂ ਉਸ ਹਿਸਾਬ ਨਾਲ ਕਸਟਮਾਈਜੇਸ਼ਨ ਵੀ ਕਰ ਦਿੰਦੇ ਹਾਂ, ਹੈ ਨਾ। ਅੱਗੇ ਕੀ? ਇਸੇ ਤਰੀਕੇ ਨਾਲ ਇੱਕ ਆ ਤੁਸੀਂ ਬਾਈਕ ਦੇਖੋਗੇ ਬਣੀ ਹੋਈ, ਬਹੁਤ ਹੀ ਵਧੀਆ ਮਾਸਟਰਪੀਸ ਬਣਿਆ ਹੋਇਆ ਇਸ ਟਾਈਮ ਸਾਡਾ। ਅਮਲ ਸਿੰਗਲ ਪੀਸ ਹੈ ਇਹ? ਹਾਂ, ਸਿੰਗਲ ਸਾਡੇ ਕੋਲ ਹਰ ਇੱਕ ਆਈਟਮ ਸਿੰਗਲ ਪੀਸ ਹੀ ਮਿਲੂਗੀ ਭਾਜੀ, ਕਿਉਂਕਿ ਸਾਡੇ ਕੋਲ ਕੋਈ ਟ੍ਰੇਡਿੰਗ ਵਾਲੀ ਆਈਟਮ ਨਹੀਂ ਹੈ ਕਿ ਮੈਂ ਇੱਕ ਨੂੰ ਚਾਰ ਚੀਜ਼ਾਂ ਬਣਾਵਾਂ, ਚਾਰ ਚਾਰ ਬਣਾਵਾਂ, ਹਰ ਇੱਕ ਆਈਟਮ ਮੇਰੇ ਕੋਲ ਸਿੰਗਲ ਪੀਸ ਹੀ ਮਿਲੂਗੀ। ਤੁਸੀਂ ਮੈਨੂੰ ਦੂਜੀ ਕਾਪੀ ਵੀ ਨਹੀਂ ਦੇ ਸਕਦਾ, ਕਿਉਂਕਿ ਸਕਰੈਪ ਦੇ ਉੱਤੇ ਮੈਟਰ ਕਰਦਾ ਕਿਸ ਟਾਈਪ ਦਾ ਸਕਰੈਪ ਤੁਹਾਡੇ ਸਾਡੇ ਕੋਲ ਅਵੇਲੇਬਲ ਹੈ।
ਅਕੋਰਡਿੰਗ ਤੁਸੀਂ ਅਕੋਰਡਿੰਗ ਉਹਨੂੰ ਕਸਟਮਾਈਜ਼ ਕਰਕੇ ਬਣਾ ਦਿੰਦੇ ਹਾਂ। ਕਿੰਨਾ ਕੁ ਸਮਾਂ ਲੱਗਿਆ ਹੋਣਾ ਇਹ ਤੇ? ਸਰ ਇਹਨੂੰ ਘੱਟੋ ਘੱਟ 7 ਤੋਂ 8 ਦਿਨ ਲੱਗਦੇ ਜੀ। 7 ਤੋਂ 8 ਦਿਨ? 7 ਤੋਂ 8 ਦਿਨ ਬਣਾਉਣ ਤੇ। ਮੁੱਲ ਇਸ 'ਤੇ ਮਿਹਨਤ ਦਾ ਹੈ, ਇਸ 'ਤੇ ਸਮਾਨ ਦਾ ਮੁੱਲ ਨਹੀਂ ਹੈਗਾ, ਇਸ 'ਤੇ ਮਿਹਨਤ ਦਾ ਮੁੱਲ ਹੈ, ਦਿਮਾਗ ਦਾ ਮੁੱਲ ਹੈ, ਜਿਹੜਾ ਇਹਨੂੰ ਡਿਜ਼ਾਇਨ ਕਰਨਾ, ਸਕ੍ਰੈਪ ਨੂੰ ਕੱਟਣਾ ਵੱਢਣਾ। ਕਈ ਵਾਰ ਇਹ ਵੀ ਹੁੰਦਾ ਸਾਡੇ ਨਾਲ ਕਿ ਅਸੀਂ ਬਣਾ ਲੈਂਦੇ ਹਾਂ ਯਾਰ, ਸ਼ੇਪ ਹੀ ਨਹੀਂ ਬਣੀ ਚੱਜ ਨਾਲ, ਕੱਟ ਕੇ ਦੁਬਾਰਾ ਬਣਾਓ। ਦੱਸੋ ਇੱਕ ਗੱਲ ਦੱਸੋ, ਹਾਂਜੀ, ਵੀ ਜਿੱਦਾਂ ਮਾਈਂਡ ਦੇ ਵਿੱਚ ਪਹਿਲਾਂ ਸਕ੍ਰੈਪ ਆਈ ਜਾਂ ਮੋਟਰਸਾਈਕਲ? ਆਪਣੇ ਨਾਲ ਗੱਲ ਕਰਦੇ ਕਰਦੇ ਨਾ ਮੈਂ ਕੋਈ ਨਾ ਕੋਈ ਇਹੋ ਜਿਹਾ ਪੁਆਇੰਟ ਚੱਕ ਲੂੰਗਾ, ਮੈਂ ਜਾ ਕੇ ਕੱਲ੍ਹ ਬਣਾਊਂਗਾ ਉਹਨੂੰ, ਠੀਕ ਹੈ? ਐਵੇਂ ਕਿਸੇ ਨਾਲ ਗੱਲ ਕਰਦੇ, ਯਾਰ ਮੋਟਰਸਾਈਕਲ ਨਹੀਂ ਬਣਾਈ ਤੁਸੀਂ, ਮੈਂ ਕੋਈ ਗੱਲ ਨਹੀਂ ਅਗਲੇ ਮਹੀਨੇ 'ਚ ਤੁਹਾਨੂੰ ਮੋਟਰਸਾਈਕਲ ਮਿਲ ਜੂਗੀ। ਬਸ ਤੁਹਾਡੇ ਮਤਲਬ ਸਕ੍ਰੈਪ ਨਹੀਂ, ਫਿਰ ਮੋਟਰਸਾਈਕਲ ਆਇਆ? ਮੋਟਰਸਾਈਕਲ ਆਇਆ, ਫਿਰ ਉਹਦੇ ਅਕੋਰਡਿੰਗ ਤੁਸੀਂ ਸਕ੍ਰੈਪ? ਮੇਰੇ ਕੋਲ ਸਕ੍ਰੈਪ ਦਾ ਢੇਰ ਲੱਗਿਆ ਹੋਇਆ ਜੀ, ਫਿਰ ਉਹ ਸਕ੍ਰੈਪ 'ਚ ਵਿੱਚ ਵੱਟਦੇ ਹਾਂ, ਫਿਰ ਅਸੀਂ ਉਹਦੇ ਜੋ ਜੋ ਚੀਜ਼ ਸਾਨੂੰ ਲੱਗਦਾ ਕਿ ਮੋਟਰਸਾਈਕਲ ਦੇ ਪਾਰਟਸ ਬਣ ਸਕਦੇ, ਕੋਈ ਪਾਈਪ ਦਾ ਟੁਕੜਾ, ਕੋਈ ਮਸ਼ੀਨਰੀ ਦਾ ਟੁਕੜਾ, ਕੋਈ ਵਾਹੀਕਲ ਦਾ ਟੁਕੜਾ, ਮਤਲਬ ਗੇਅਰ ਪਾਰਟਸ ਹੋ ਗਿਆ, ਕੁਛ ਵੀ ਹੋ ਜਾ ਹੋ ਗਿਆ, ਹੈ ਨਾ? ਅੱਗੇ ਮਤਲਬ ਆਹ ਕੀ ਪਿਆ ਜੀ, ਆਹ ਦਿਖਾਇਓ। ਹਾਂਜੀ ਇਹ ਵੀ ਪੱਥਰ ਹੀ ਹੈ, ਇਹ ਵੀ ਪੱਥਰ ਹੈ, ਇਹ ਵੀ ਪੱਥਰ ਕੁਛ ਬਣਾਇਆ ਜੀ। ਲਓ ਜੀ ਇਹਨੂੰ ਚੰਗੀ ਤਰ੍ਹਾਂ ਦਿਖਾਇਓ, ਆਹ ਦੇਖੋ ਜੀ, ਆਪਾਂ ਪੱਥਰਾਂ ਨੂੰ ਕੁਝ ਵੀ ਨਹੀਂ ਸਮਝਦੇ ਆ। ਦੇਖੋ ਜਦੋਂ ਕਲਾਕਾਰ ਉਹ ਕਹਿੰਦੇ ਆ ਨਾ, ਜਦੋਂ ਪੱਥਰ ਕਿਸੇ ਤਰਾਸ਼ਬੀਨ ਦੇ ਹੱਥ ਦੇ ਵਿੱਚ ਆ ਜਾਂਦਾ ਨਾ, ਨਹੀਂ ਸਹੀ ਗੱਲ ਹੈ, ਪੱਥਰ ਨੂੰ ਤਰਾਸ਼ ਕੇ ਰੱਬ ਵੀ ਬਣ ਜਾਂਦਾ, ਰੱਬ ਵੀ ਬਣ ਜਾਂਦਾ ਹੈ, ਹੈ ਨਾ? ਪੱਥਰ ਨੂੰ ਕਲਾਕਾਰ ਜਾਣਦੇ, ਕਲਾਕਾਰ ਦੇ ਹੱਥ ਲੱਗਦੇ ਆ, ਚਾਹੇ ਤਾਂ ਪੱਥਰ ਨੂੰ ਮੱਥਾ ਟੇਕੋ, ਚਾਹੇ ਪੱਥਰ ਨੂੰ ਲੱਤ ਮਾਰੋ, ਤੁਹਾਡੇ ਉੱਤੇ ਹੈ ਹੱਥ ਹੈ, ਤੁਸੀਂ ਕਿੱਦਾਂ ਰਿਐਕਟ ਕਰਦੇ ਹੋ, ਕਿੱਦਾਂ ਰਿਐਕਟ ਕਰਦੇ ਹੋ, ਕਿਸੇ ਡਿਪੈਂਡ ਕਰਦੇ, ਥੋੜੀ ਸੋਚ ਦਿਓ ਕੀ ਆਇਆ, ਕੀ ਆਇਆ, ਹਾਂਜੀ ਅੱਗੇ ਮਤਲਬ ਇਹ ਕੀ ਬਣਿਆ ਇਹ? ਹਾਂਜੀ ਚੱਲ ਜਾਂਦਾ ਹੁੰਦਾ, ਅਸੀਂ ਇੱਧਰ ਲੈ ਕੇ ਨਹੀਂ ਆਏ, ਕਿਉਂਕਿ ਇਹਦੇ ਮੈਨੂੰ ਮੋਟਾ ਮੋਟਾ ਦੱਸਿਓ ਕੀ ਕੀ ਸਮਾਨ ਲੱਗਿਆ ਇਹਦੇ। ਹੁਣ ਇਹ ਔਖੇ ਸਵਾਲ ਪੁੱਛ ਰਹੇ ਹੋ ਭਾਅ ਜੀ ਤੁਸੀਂ, ਪਤਾ ਕੀ ਹੈ ਜੀ, ਹੁਣ ਇਸ 'ਤੇ ਆਹ ਬਾਈਕ ਦਾ ਸ਼ੌਕਰ ਹੈ ਜੀ, ਸਪਰਿੰਗ ਹੈ ਨਾ, ਇਹ ਕਾਰ ਦਾ ਕੋਈ ਗੇਅਰ ਬਾਕਸ 'ਤੇ ਪਾਰਟ ਹੈ, ਹੈ ਨਾ, ਆਹ ਫਿਲਟਰ ਦਾ ਪਾਰਟ ਹੈ, ਠੀਕ ਹੈ ਜੀ, ਇਹ ਬਾਈਕ ਦੀ ਗਿਰ ਚੇਨ ਦਾ ਕੁਛ, ਸਾਈਕਲ ਦੇ ਪਿੱਛੇ ਸਾਈਕਲ ਦਾ ਚੇਨ ਦਾ, ਫਰਾਈਵੀਲ, ਫਰਾਈਵੀਲ ਕਹਿ ਸਕਦੇ ਹੋ, ਹੈ ਨਾ, ਅਤੇ ਇੱਕ ਨੀਚੇ ਬੇਰਿੰਗ ਵੀ ਲੱਗਿਆ ਹੋਇਆ, ਦੇਖੋ ਬੇਰਿੰਗ ਮਤਲਬ ਇਹ ਰਾਊਂਡ ਵੀ ਕਰਦਾ, ਰਾਊਂਡ ਵੀ ਕਰ ਰਿਹਾ, ਹੈ ਨਾ, ਐਵੇਂ ਚੀਜ਼ਾਂ, ਠੀਕ ਹੈ। ਇਹਦੇ ਵਿੱਚ ਇੱਕ ਚੀਜ਼ ਹੋਰ ਦਿਖਾਉਂਦਾ ਤੁਹਾਨੂੰ, ਗਿਟਾਰ ਆ ਜਾਓ, ਆ ਦੇਖੋ ਬਹੁਤ ਹੀ ਹੈਵੀ ਹੈਗਾ। ਇੱਕ ਹੁੰਦਾ ਕਿ ਅੱਜ ਕੱਲ੍ਹ ਕੀ ਕਹਿੰਦਾ, ਲੇਜ਼ਰ ਮਸ਼ੀਨਸ ਆ ਗਈ, ਡਾਈਕਾਸਟ ਬਣਾ ਤਾ, ਸ਼ੇਪ ਬਣਾ ਤੀ, ਵੀ ਡੈਕੋਰੇਸ਼ਨ ਆਈਟਮ ਬਣ ਗਈ, ਲਾਈਟ ਵੀ ਅਤੇ ਸਸਤਾ ਵੀ, ਪਰ ਇਹਦੇ ਵਿੱਚ ਅਸੀਂ ਕੁਛ ਨਹੀਂ ਕਰਦੇ ਜੀ। ਅਸੀਂ ਕੀ ਕਰਦੇ ਹਾਂ, ਵਾਸ਼ਿੰਗ ਮਸ਼ੀਨ ਦਾ ਪਾਰਟ, ਕਾਰ ਦਾ ਪਾਰਟ, ਮੋਟਰਸਾਈਕਲ ਦਾ ਪਾਰਟ, ਆਪਣਾ ਸਮਰਸੀਬਲ ਮੋਟਰ ਦਾ ਪਾਰਟ, ਸਮਰਸੀਬਲ ਮੋਟਰ ਹੁੰਦੀ ਹੈ ਨਾ, ਇਹ ਉਹਦਾ ਪਾਰਟ ਹੈ, ਅਤੇ ਆਹ ਨਟ ਬੋਲਟ, ਚੈਨਾ ਚੂਨਾ, ਹੋਰ ਬਹੁਤ ਕੁਝ ਲੱਗਿਆ ਹੋਇਆ ਇਸ 'ਤੇ, ਮੈਂ ਖੁਦ ਨਹੀਂ ਇਹਨਾਂ ਚੀਜ਼ਾਂ ਨੂੰ ਯਾਦ, ਤਾਰਾਂ ਨਹੀਂ ਪਾਈਆਂ ਦੇ ਵਿੱਚ, ਹੈ ਤਾਰਾਂ ਨਹੀਂ ਪਾਈਆਂ ਦੇ ਵਿੱਚ, ਤਾਰਾਂ ਆਪਾਂ ਕਿਹੜਾ ਵਜਾਉਣਾ ਜੀ, ਇਹ ਵੱਜਦਾ ਵੀ ਨਹੀਂ ਹੈਗਾ ਜੀ, ਇਹ ਵੱਜਣਾ ਵੀ ਨਹੀਂ, ਸਾਰਾ ਲੋਹੇ ਦਾ, ਹਾਂ ਸਾਰਾ ਲੋਹੇ ਦਾ ਹੋ ਗਿਆ, ਵੱਜਣਾ ਵੀ ਨਹੀਂ, ਅਤੇ ਇਸੇ ਕਰਕੇ ਇਹੋ ਜਿਹੀ ਡੈਕੋਰੇਸ਼ਨ ਆਈਟਮਸ ਹੀ ਹੈਗੀ ਹੈ। ਆਹ ਕੀ ਆਈਟਮ ਆ ਜੀ, ਆਹ ਦਿਖਾਓ, ਪਿਰਾਨਾ ਫਿਸ਼, ਆਹ ਦੇਖੋ ਜੀ, ਬਹੁਤ ਕਮਾਲ ਦੀ ਕਲਾਕਾਰੀ ਆ, ਇਹਦਾ ਫੇਸ ਦਿਖਾਈਓ ਤੋਂ, ਇਹ ਮੂੰਹ ਆ ਗਿਆ ਇਹਦਾ, ਹਾਂਜੀ ਇਹ ਹੈਗੀ ਮਸਲੀ, ਅਤੇ ਆਹ ਵਾਲੇ ਦੇਖੋ ਆਈਟਮ, ਇਹਦੇ ਵਿੱਚ ਦੋ ਆਈਟਮ ਆ ਗਈਆਂ ਸਾਡੇ ਕੋਲ, ਗਨਸ ਦੋਨੇ ਚੱਕ ਲਓ, ਚੱਲਦੀਆਂ ਹੈਗੀਆਂ, ਚੱਲਦੀਆਂ ਨੇ? ਨਹੀਂ ਸਰ ਨੋਨ ਵਰਕਿੰਗ ਹੈ ਸਰ, ਨੋਨ ਵਰਕ ਨਹੀਂ, ਅਸੀਂ ਫਿਰ ਇੱਥੇ ਨਹੀਂ ਹੁੰਦੇ, ਥਾਣੇ 'ਚ ਹੁੰਦੇ, ਚੱਲਦੀ ਹੁੰਦੀ ਤਾਂ, ਠੀਕ ਹੈ, ਕਈ ਜਣੇ ਸਾਡੇ ਕੋਲ ਅੱਜ ਆਏ, ਚੱਲਦੀ ਹੈ ਵੀਰੇ, ਮੈਂ ਕਿਹਾ ਨਹੀਂ ਜੀ, ਕਹਿੰਦਾ ਫਿਰ ਸਾਡੇ ਕੰਮ ਦੀ ਨਹੀਂ, ਮੈਂ ਕਿਹਾ ਫਿਰ ਠੀਕ ਹੈ, ਕੋਈ ਕੰਮ ਦੀ ਬਣਾਉਂਦੇ, ਹਾਂ ਉਹ ਚੀਜ਼ ਅਸੀਂ ਬਣਾਉਂਦੇ ਵੀ ਨਹੀਂ, ਇਹ ਸਾਰੀ ਡੈਕੋਰੇਸ਼ਨ ਆਈਟਮ ਹੈ ਸਰ, ਸਕ੍ਰੈਪ ਤੋਂ ਹੀ ਯੂਜ਼ ਕਰਦੇ ਹਾਂ ਅਸੀਂ, ਸਕ੍ਰੈਪ ਤੋਂ ਹੀ ਮੈਟਲ ਆਰਟ ਹੈ, ਹੁਣ ਦੇਖੋਗੇ ਆ ਸਪਾਰਕ ਪਲੱਗ ਲੱਗੇ ਹੋਏ ਨੇ, ਚੇਨ ਪਲੱਗ ਲੱਗੇ ਆ, ਸਪਾਰਕ ਲੱਗੀ ਹੈ ਮੋਟਰਸਾਈਕਲ 'ਤੇ, ਹੈ ਨਾ, ਆਈ ਕੋਈ ਜਾਲੀ ਦਾ ਟੁਕੜਾ ਲੱਗਿਆ, ਕੋਈ ਚੇਨ ਦਾ ਟੁਕੜਾ ਲੱਗਿਆ, ਕੋਈ ਪਾਈਪਾਂ ਟੁੱਟੇ,
ਜੋੜ ਜੋੜ ਕੇ ਬਣਾਏ ਹੋਏ ਇਹਨੂੰ ਕੀ ਬਣਾਇਆ ਦੂਰਬੀਨ ਦੂਰਬੀਨ ਆ ਦੂਰਬੀਨ ਹੋ ਗਈ ਬਸ ਚੱਲਣ ਦੀ ਕਮੀ ਰਹੇਗੀ ਬਾਕੀ ਤਾਂ ਫਿੱਟਾ ਕੰਮ ਨਹੀਂ ਆਪਾਂ ਚਲਾਉਣੀ ਵੀ ਨਹੀਂ ਹੈ ਆ ਜਾਓ ਜੀ ਅੱਗੇ ਅੱਜ ਕੱਲ੍ਹ ਸ਼ਰਤੀ ਆਂਸਰਾਂ ਬਹੁਤ ਹੈਗੀਆਂ ਇੱਕ ਗੇਟ ਮੈਂ ਇੱਥੇ ਰੱਖ ਲਓ ਇੱਥੇ ਰੱਖ ਹੋਰਸ ਹੈ ਇਹ ਵੀ ਇੱਕ ਡੈਕੋਰੇਸ਼ਨ ਆਈਟਮ ਹੈ ਆ ਦੇਖੋ ਜੀ ਬਹੁਤ ਵਧੀਆ ਆਈਟਮਾਂ ਬਣੀਆਂ ਨੇ ਆਪਾਂ ਇਹਨਾਂ ਨੂੰ ਦੇਖੋ ਮੈਂ ਇੱਕ ਸੈਂਪਲ ਪੀਸ ਬਣਾਇਆ 205 ਫੁੱਟ ਦੇ ਵਿੱਚ ਵਿੱਚ ਹੈ ਨਾ ਅਤੇ ਇਹ ਜੇ ਤੁਸੀਂ ਆਪਾਂ ਇੱਕ ਨਵਾਂ ਕੌਨਸੈਪਟ ਵੀ ਮਾਰਕੀਟ 'ਚ ਲੈ ਕੇ ਆ ਸਕਦੇ ਹਾਂ ਜਿੱਥੇ ਆਪਾਂ ਚੌਕਸ ਦੇ ਉੱਤੇ ਦੇਖਦੇ ਹਾਂ ਕਿ ਕੋਈ ਸਟੈਚੂ ਬਣਾ ਰੱਖਿਆ ਕੋਈ ਮੱਛੀ ਚੌਕ ਹੈ ਜਾਂ ਗਿਟਾਰ ਚੌਕ ਹੈ ਆਪਾਂ ਉਹਦੇ ਉੱਤੇ ਇਹ ਚੀਜ਼ਾਂ ਲਗਾ ਸਕਦੇ ਹਾਂ ਕਿ ਮੈਟਲ ਨੂੰ ਵੀ ਰੀਸਾਈਕਲ ਹੋਵੇ ਸੋਸਾਇਟੀ ਦੇ ਵਿੱਚ ਇੱਕ ਨਵਾਂ ਜਿਹਾ ਪੁਆਇੰਟ ਬਣੇ ਕਿ ਬਈ ਰੀਯੂਜ਼ੇਬਲ ਚੀਜ਼ ਹੈਗੀ ਆ ਹੈ ਨਾ ਹੈ ਨਾ ਸਟੈਚੂਜ਼ ਵੱਡੇ ਵੱਡੇ ਸੇ ਅਸੀਂ ਬਣਾਉਂਦੇ ਹਾਂ ਉਸੇ ਤਰੀਕੇ ਨਾਲ ਅਤੇ ਟੋਟਲੀ ਮੈਟਲ ਰੀਸਾਈਕਲੇਬਲ ਹੁੰਦਾ ਹੈਗਾ ਹੋਰ ਆਪਾਂ ਕੀ ਆ ਇਹ ਆ ਦਿਖਾਓ ਹੋਰ ਦਿਖਾਣੇ ਡੌਗ ਆ ਦੇਖੋ ਬਹੁਤ ਹੀ ਪਿਆਰਾ ਪੀਸ ਇਹ ਕਿਹੜੀ ਬਰੀਡ ਦਾ ਜੀ ਇਹ ਹੌਂਡਾ ਬਰੀਡ ਦਾ ਜੀ ਹੌਂਡਾ ਬਰੀਡ ਆ ਦੇਖੋ ਜੀ ਇਹਦਾ ਵੀ ਹੌਂਡਾ ਬਰੀਡ ਦਾ ਡੌਗ ਦੇਖੋ ਤੁਸੀਂ ਅਜੇ ਹੌਂਡਾ ਬਰੀਡ ਆ ਇਹਦਾ ਨਾਂ ਰੱਖਾਂਗੇ ਅਸੀਂ ਹੌਂਡਾ ਬਰੀਡ ਦੇ ਡੌਗ ਨਵੇਂ ਬਰੀਡਸ ਆ ਗਈ ਹੈ ਨਾ ਜਿੱਦਾਂ ਜਰਮਨ ਲਈ ਕੋਈ ਲੈਬਰੇ ਲਈ ਫਿਰਦਾ ਇਹ ਹੌਂਡਾ ਬਰੀਡ ਆ ਇਹ ਹੌਂਡਾ ਬਰੀਡ ਆ ਇਹ ਵੀ ਆਈ ਆਈਟਮ ਹੈ ਜੀ ਟੈਂਕ ਕਬਾੜੀ ਕੋਲ ਗਿਆ ਸੀ ਉਹਦੇ ਕੋਲ ਟੈਂਕ ਸਾਫ਼ ਸੁਥਰਾ ਮੈਂ ਉਹਨੂੰ ਕਿਹਾ ਆਹ ਕਿਵੇਂ ਸਿੱਟਿਆ ਪਿਆ ਵਧੀਆ ਸਾਫ਼ ਸੁਥਰਾ ਆ ਕਹਿੰਦਾ ਬਸ ਕੋਈ ਦੇ ਗਿਆ ਸੀ ਕਬਾੜ 'ਚ ਯਾਰ ਮੈਂ ਕਿਹਾ ਦੇ ਫਿਰ ਮੈਨੂੰ ਦੇ ਜੇ ਯਾਰ ਅਤੇ ਮੈਂ ਲੈ ਕੇ ਆਇਆ ਮੇਰੇ ਡਿਜ਼ਾਈਨਰ ਹੁਣ ਆਹ ਚੀਜ਼ ਆਈਟਮ ਇਹ ਐਕਚੁਅਲ 'ਚ ਫਾਊਂਟੇਨ ਹੈ ਇਹਦੇ ਵਿੱਚ ਪੂਰਾ ਕੰਪਲੀਟ ਨਹੀਂ ਹੈਗਾ ਇਸ ਟਾਈਮ ਇਹ ਨੀਚੇ ਸਟੈਂਡ ਹੈ ਇਹਦਾ ਫਾਊਂਟੇਨ ਚੱਲਦਾ ਜੀ ਠੀਕ ਹੈ ਇਹ ਤੁਸੀਂ ਗੈਸ ਕਰੋ ਕਿ ਕਿਸ ਚੀਜ਼ ਤੋਂ ਬਣਾਇਆ ਚਲੋ ਇਹ ਸਕ੍ਰੈਪ ਹੈ ਸਾਰਾ ਮੈਟਲ ਸਾਰਾ ਸਕ੍ਰੈਪ ਹੈ ਅਤੇ ਆਪਣੇ ਘਰੇ ਵਰਤਣ ਵਾਲੀ ਚੀਜ਼ ਆ ਠੀਕ ਹੈ ਜੀ ਤੁਹਾਡੇ ਘਰੇ ਵੀ ਪਈ ਹੋਊਗੀ ਇਹ ਚੀਜ਼ ਹੋ ਸਕਦਾ ਅਤੇ ਹੁਣ ਇਹਦਾ ਨਕਸ਼ਾ ਬਦਲਤਾ ਨਾ ਤੁਸੀਂ ਘਰੇ ਵਾਲੀ ਦਾ ਇਹ 15 ਲੀਟਰ ਵਾਲੇ ਘਿਓ ਵਾਲੇ ਪੀਪੇ ਨੇ ਟੀਨ ਕੱਟਿਆ ਹੋਇਆ ਟੀਨ ਕੱਟ ਕੇ ਬਣਾਇਆ ਯਾਰ ਨੀਚੇ ਮੋਟਰ ਦਾ ਸਮਾਨ ਲਾ ਰਿਹਾ ਮੋਟਰ ਦਾ ਸਮਾਨ ਹੈ ਇਹ ਮੋਟਰ ਦਾ ਸਮਾਨ ਤੁਸੀਂ ਬਹੁਤ ਵਰਤਿਆ ਹੋਇਆ ਹਰ ਇੱਕ ਚੀਜ਼ ਦੇ ਵਿੱਚ ਮੋਟਰ ਦਾ ਸਮਾਨ ਥੋੜ੍ਹਾ ਇਹ ਕਹਿ ਸਕਦੇ ਹੋ ਪਤਾ ਕੀ ਸਾਡੇ ਕੋਲ ਨਾ ਮੈਟਲ ਕੋਈ ਵੀ ਅਲੱਗ ਜਿਹਾ ਡਿਜ਼ਾਈਨ ਮਿਲ ਜੇ ਕੋਈ ਅਲੱਗ ਜਿਹਾ ਪੀਸ ਮਿਲ ਜੇ ਉਹ ਆਪਾਂ ਲਿਆ ਕੇ ਰੱਖ ਲੈਂਦੇ ਹਾਂ ਅਤੇ ਯੂਜ਼ ਕਰਦੇ ਰਹਿੰਦੇ ਜਿੱਥੇ ਵੀ ਜੋ ਚੀਜ਼ ਲੱਗਣੀ ਹੋਵੇ ਹਾਂ ਜੀ ਫਾਇਰ ਐਕਸਟਿੰਗੁਇਸ਼ਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਇਹ ਪਾਰਕ ਦੇ ਵਿੱਚ ਲੈਂਪ ਲਗਾ ਲਓ ਇਹਦੇ ਵਿੱਚ ਪਾਰਕ 'ਚ ਰੱਖੇ ਰਹਿਣਗੇ ਹੈ ਨਾ ਪਾਰਕ ਲੈਂਪ ਲਾ ਲਓ ਜਾਂ ਘਰ ਦੇ ਵਿੱਚ ਲੈਂਪ ਲਾ ਲਓ ਜਾਂ ਨਜ਼ਰ ਬੁੱਟੂ ਲਾ ਲਓ ਬਾਕੀ ਤਾਂ ਜੈਨੂਇਨ ਹੋਣਾ ਪਹਿਲੇ ਤੇ ਸਕ੍ਰੈਪ ਹੋਇਆ ਹੋਇਆ ਜਿਹੜਾ ਹਾਂ ਇਹ ਸਕ੍ਰੈਪ ਹੈ ਇਹ ਸਕ੍ਰੈਪ ਇਹ ਤੇ ਜ਼ਿਆਦਾ ਕੁਝ ਨਹੀਂ ਲੱਗਿਆ ਮਤਲਬ ਥੋੜਾ ਗੱਲ ਹੋਈ ਹੈ ਡਿਜ਼ਾਈਨਿੰਗ ਦਾ ਸੋਚ ਦਾ ਮੁੱਲ ਇਹ ਕਲਾਕਾਰੀ ਦਾ ਮੁੱਲ ਹੈਗਾ ਜੀ ਠੀਕ ਹੈ ਜੀ ਹੈ ਨਾ ਇਹ ਹੋਰ ਕੋਈ ਵੱਖਰੀ ਆਈਟਮ ਕੀ ਹੈ ਆਪਣੇ ਕੋਲੇ ਆ ਜਾਓ ਪੁਰਾਣੇ ਜ਼ਮਾਨੇ ਦਾ ਟੈਲੀਫੋਨ ਇਹ ਟੈਲੀਫੋਨ ਹੈ ਇਹ ਹੁਣ ਚੱਲਦਾ ਜੀ ਨਹੀਂ ਚੱਲਦਾ ਨਹੀਂ ਹੈ ਅੱਛਾ ਇਹਦੀ ਤਾਰ ਕੱਟ ਰੱਖੀ ਹੈ ਤੁਸੀਂ ਦੇਖੋ ਚੇਨ ਲਾ ਰੱਖੀ ਹੈ ਜੀ ਤਾਰ ਨਹੀਂ ਨਾ ਭਾਈ ਚੇਨ ਨਾਲ ਨਹੀਂ ਚੱਲਦਾ ਹੈਗਾ ਇਹ ਠੀਕ ਹੈ ਇਹ ਪੁਰਾਣੇ ਜ਼ਮਾਨੇ ਵਾਲਾ ਕਨੈਕਸ਼ਨ ਹੈ ਜੀ ਜੋ ਲੋਕ ਪੁਰਾਣੇ ਜ਼ਮਾਨੇ ਨੂੰ ਭੁੱਲ ਗਏ ਅੱਜ ਕੱਲ੍ਹ ਇਹ ਬੋਲਣ ਵਾਲਾ ਹਾਂ ਜੀ ਇਹ ਸੁਣਨ ਵਾਲਾ ਹੁੰਦਾ ਸੀ ਐਂ ਹੁੰਦਾ ਸੀ ਸਹੀ ਗੱਲ ਹੈ ਜੀ ਬਾਲਾ ਘੈਂਟ ਬਣਾਇਆ ਸਮਾਨ ਤੇ ਆ ਜਾਓ ਆ ਦੇਖੋ ਓਲਡ ਮੌਂਕ ਇਹ ਕੱਟ ਕੇ ਬਣਾਇਆ ਤੁਸੀਂ ਨੇ ਇਹ ਕੰਚ ਨੂੰ ਕੱਟ ਪਾਇਆ ਜੀ ਗਲਾਸ ਨੂੰ ਕੱਟਿਆ ਜੀ ਕੀ ਬਾਤ ਇਹ ਇਸ ਤਰ੍ਹਾਂ ਦੀ ਬੋਟਲ ਆ ਇਹਨੂੰ ਤੁਸੀਂ ਸਿਰਫ ਦਿਮਾਗ ਵਰਤੇ ਬਾਕੀ ਮੋਡੀਫਾਈ ਪਹਿਲਾਂ ਹੋਇਆ ਹੋਇਆ ਹੈ ਬਸ ਇਹ ਇਹੋ ਜਿਹਾ ਬਣਿਆ ਹੋਇਆ ਹੈ ਨਾ ਕਿਸੇ ਵੀ ਆਪਾਂ ਬੋਟਲ ਨੂੰ ਪੁਰਾਣੀ ਬੋਟਲ ਨੂੰ ਆਪਾਂ ਸੱਟ ਦਿੰਦੇ ਕੰਚ ਵਾਲੀ ਬੋਤਲਾਂ ਨੂੰ ਆਪਾਂ ਉਹਦੇ ਗਲਾਸ ਬਣਾ ਸਕਦੇ ਇਹਦਾ ਸਿਰ ਜਾ ਬੰਦੇ ਕਰ ਦਿੰਦੇ ਤੁਸੀਂ ਹੈ ਕੱਚ ਦਾ ਢੱਕਣ ਲਾ ਕੇ ਪਰ ਗੋਲ ਕੈਪ ਹੁੰਦਾ ਹਾਂ ਇਹਨੂੰ ਜੇ ਤੁਸੀਂ ਨਮਕੀਨ ਦੇਖੋ ਇਹਨੂੰ ਡਰਿੰਕ ਵਾਸਤੇ ਵੀ ਯੂਜ਼ ਕਰਦੇ ਹੋ ਇਹਨੂੰ ਨਮਕੀਨ ਵਾਸਤੇ ਢੱਕਣ ਲਾ ਤਾ ਢੱਕਣ ਵਾਸਤੇ ਬਹੁਤ ਵਧੀਆ ਜੀ ਉਸੇ ਤਰੀਕੇ ਉਹ ਵਾਲਾ
ਆ ਦੇਖੋ ਇਹ ਕੀ ਬਣਾਇਆ ਤੁਸੀਂ ਨੇ? ਇਹ ਅਸੀਂ ਖੇਡ ਖੇਡ 'ਚ ਬਣਾਤਾ ਸੀਗਾ ਜੀ। ਅੱਛਾ ਜੀ, ਠੀਕ ਹੈ। ਮੁੰਡਾ ਕੰਮ ਕਰੀ ਜਾਂਦਾ ਸੀਗਾ, ਮੈਂ ਵੀ ਵਿੱਚ ਵੜ ਗਿਆ, ਮੈਂ ਕਿਹਾ ਇਹਨੂੰ ਐਂ ਵੈਲਡ ਕਰ, ਇਹਨੂੰ ਐਂ ਵੈਲਡ ਕਰ, ਅਸੀਂ ਬਣ ਗਿਆ। ਕੁਛ ਨਹੀਂ ਹੈ, ਕੰਮ ਦੀ ਬੋਟੀ ਬਣਾ ਰੱਖੀ, ਮੱਕੜੀ ਬਣਾ ਰੱਖੀ। ਕਈ ਚੀਜ਼ਾਂ ਨਾ ਸ਼ੌਕ ਨਾਲ ਖੇਡ ਖੇਡ 'ਚ ਹੀ ਬਣ ਜਾਂਦੀ ਜੀ, ਬਿਲਕੁਲ। ਉਹਦੇ ਵਾਸਤੇ ਵੀ ਦਿਮਾਗ ਚਾਹੀਦਾ। ਇੱਕ ਹੋਰ ਚੀਜ਼ ਦਿਖਾਉਂਦੇ, ਪੁਰਾਣੇ ਦਿਮਾਗ ਦਿਖਾਓ ਜੀ। ਇਹ ਬੈਲੈਂਸ, ਇਹ ਆਰਟ ਪੁਰਾਣੇ ਜ਼ਮਾਨੇ ਦਾ। ਇਹਨੂੰ ਪੁਰਾਣੇ ਜ਼ਮਾਨੇ 'ਚ ਜਦੋਂ ਖਿਡੌਣੇ ਨਹੀਂ ਹੁੰਦੇ ਸੀ, ਇਹਨੂੰ ਪ੍ਰਤਾਪਾ ਕਹਿੰਦੇ ਸੀ। ਪ੍ਰਤਾਪਾ, ਹਾਂ, ਇਹਦਾ ਨਾਮ ਪ੍ਰਤਾਪਾ ਹੁੰਦਾ ਸੀ। ਇਹ ਜਵਾਕਾਂ ਦੇ ਖੇਡਣ ਵਾਲੀ ਚੀਜ਼ ਹੁੰਦੀ ਸੀ, ਇਹ ਹਿਲਦਾ ਰਹੂਗਾ। ਇਸ 'ਚ ਮੈਟਲ ਵੀ ਬਣਾ ਰੱਖਿਆ ਵੱਡਾ, ਇੱਕ ਇਸ 'ਤੇ ਅਸੀਂ ਬਾਜ਼ ਵੀ ਬਣਾਇਆ। ਗਾਰਡਨ ਦੇ ਵਿੱਚ ਬਾਜ਼ ਖੜਾ ਹੋਊਗਾ, ਹਜੇ ਮੇਰੀ ਵਰਕਸ਼ਾਪ 'ਤੇ ਪਿਆ, ਤੁਸੀਂ ਉੱਧਰ ਆ ਕੇ ਦੇਖ ਸਕਦੇ ਹੋ। ਵੱਡਾ ਬਾਜ਼ ਹੈ, ਉਹ ਜੇ ਹਵਾ 'ਚ ਰੱਖਤਾ ਉਹ ਆਪਣੇ ਆਪ ਬਾਜ਼ ਝੂਲਦਾ ਰਹੂਗਾ, ਠੀਕ ਹੈ। ਇਸ ਤੋਂ ਇਲਾਵਾ ਮੇਰੇ ਵਾਈਫ ਵੀ ਨਾਲ ਕਰਦੇ ਨੇ, ਅਸੀਂ ਆਰਟ ਵਰਕ ਕਰਦੇ ਹੁੰਦੇ ਹਾਂ, ਵਾਈਫ ਕਲਾਸਿਸ ਸਿਖਾਉਂਦੇ ਹੁੰਦੇ ਹਾਂ। ਇਹ ਕਰਨਾਟਕਾ ਸਾਈਡ ਦਾ ਆਰਟ ਹੈ, ਠੀਕ ਹੈ ਜੀ। ਵਰਲਡ ਦਾ, ਇੰਡੀਆ ਦਾ ਕੋਈ ਵੀ ਆਰਟ ਫਾਰਮ ਹੈ, ਰਾਜਸਥਾਨ ਦਾ, ਪੰਜਾਬ ਦਾ, ਹਰਿਆਣਾ ਦਾ, ਕੇਰਲਾ ਦਾ, ਬੰਗਾਲ ਦਾ, ਅਸੀਂ ਉਹਦੀ ਕਲਾਸਿਸ ਵੀ ਦਿੰਦੇ ਹਾਂ, ਸਿਖਾਉਂਦੇ ਵੀ ਹੈ, ਅਤੇ ਕਸਟਮਾਈਜੇਸ਼ਨ ਵੀ ਕਰਦੇ ਹਾਂ ਔਨ ਡਿਮਾਂਡ। ਮੋਟਰਸਾਈਕਲ ਪੁੱਛਣਾ ਪਊਗਾ ਕਦਾ ਸਪਰਿੰਗ ਕੱਢ ਕੇ ਦਿੱਤਾ ਸੀ। ਅਤੇ ਕੋਈ ਗੱਲ ਨਹੀਂ, ਇਹਦਾ ਵੀ ਨਾਂ ਰੱਖਾਂਗੇ ਕੋਈ ਆਪਾਂ, ਬਿਲਕੁਲ ਕਰਾਂਗੇ ਇਹਦਾ ਵੀ। ਅਤੇ ਮੈਂ ਇਹ ਚੀਜ਼ ਕਹਿਣਾ ਚਾਹੂੰਗਾ ਕਿ ਆਪਣੇ ਪੰਜਾਬ 'ਚ ਮੈਨੂੰ ਜਿੱਥੇ ਤੱਕ ਲੱਗਦਾ ਕਿ ਥੋੜ੍ਹਾ ਜਿਹਾ ਆਰਟ ਫਾਰਮ ਘੱਟ ਹੈ, ਲੋਕਾਂ ਨੂੰ ਹਜੇ ਆਰਟ ਫਾਰਮ ਦੀ ਘੱਟ ਜਾਗਰੂਕ ਨੇ ਜਾਂ ਘੱਟ ਆਰਟ ਫਾਰਮ ਕਰਨੀ ਜਾਂਦੇ ਆ, ਠੀਕ ਹੈ। ਇੱਕ ਆਰਟ ਫਾਰਮ ਜਿਹੜਾ ਹੁੰਦਾ ਨਾ, ਇੱਕ ਮਾਇੰਡ ਮੈਂਟਲੀ ਰਿਲੈਕਸ ਵੀ ਕਰਦਾ ਬੰਦੇ ਨੂੰ, ਹਰ ਕਿਸੇ ਨੂੰ ਧਿਆਨ। ਦੇਖੋ, ਹਰ ਕੋਈ ਆਪਣੇ ਕੰਮ ਕਾਜ 'ਚੋਂ, ਦਫ਼ਤਰ 'ਚੋਂ, ਆਪਣੇ ਕੰਮ ਕਾਜ ਤੋਂ ਟੈਨਸ਼ਨ ਹੋ ਕੇ ਘਰ ਆਉਂਦਾ, ਠੀਕ ਹੈ। ਬੰਦਾ ਇੱਕ ਛੋਟਾ ਜਿਹਾ ਆਰਟ ਫਾਰਮ ਕਰੇ ਨਾ, ਅਤੇ ਉਹਦੇ ਨਾਲ ਕੀ ਹੁੰਦਾ ਕਿ ਬੰਦਾ ਰਿਲੈਕਸ ਹੋ ਜਾਂਦਾ, ਠੀਕ ਹੈ। ਉਹਦੇ ਨਾਲ ਇਸੇ ਕਰਕੇ ਮੈਂ ਕਹਿੰਦਾ ਕਿ ਹਰ ਕਿਸੇ ਨੂੰ ਕੁਛ ਨਾ ਕੁਛ ਆਰਟ ਫਾਰਮ ਸਿੱਖਣਾ ਵੀ ਚਾਹੀਦਾ, ਕਰਨਾ ਵੀ ਚਾਹੀਦਾ। ਅਤੇ ਜਦੋਂ ਬੰਦਾ ਆਪਦੇ ਹੱਥੀਂ ਕੁਛ ਕਿਰਤ ਕਰਦਾ, ਠੀਕ ਹੈ, ਰੋਟੀ ਚਾਹੇ ਜਿੰਨੀ ਮਰਜ਼ੀ ਜਲੀ ਹੋਵੇ, ਬੰਦਾ ਆਪ ਬਣਾ ਲੈ ਤਾਂ ਉਹ ਆਪ ਖਾ ਲੈ ਲੱਗਦੀ ਹੈ, ਠੀਕ ਹੈ ਨਾ। ਜਦੋਂ ਆਪ ਚੀਜ਼ ਬਣਾਈ ਹੁੰਦੀ ਹੈ ਨਾ, ਉਹਦੀ ਵੈਲਿਊ ਹੀ ਕੁਛ ਹੋਰ ਹੁੰਦੀ ਹੈ। ਇਹ ਸ਼ੌਕ ਦੀ ਚੀਜ਼ ਹੁੰਦੀ ਹੈ ਚੀਜ਼ਾਂ ਦੀ। ਜਿੱਦਾਂ ਅੱਜ ਕੱਲ੍ਹ ਨਵੀਂ ਜਨਰੇਸ਼ਨ ਹੈ ਜਿਹੜੀ ਬਹੁਤ ਫਰੀ ਹੈ, ਵਿਹਲੀ ਹੈ, ਪੰਜਾਬੀ 'ਚ ਕਹਿ ਸਕਦੇ ਆਪਾਂ, ਬਿਲਕੁਲ ਕਹਿ ਸਕਦੇ। ਕੀ ਕਹਿਣਾ ਚਾਹੁੰਦੇ ਹੋ ਉਸ ਵਿਸ਼ੇ? ਭਾਅ ਜੀ, ਚੰਗਾ ਤਾਂ ਨਹੀਂ ਲੱਗਦਾ, ਪਰ ਐਕਚੁਅਲ 'ਚ ਅੱਜ ਕੱਲ੍ਹ ਹੋਈ ਪਈ ਆ ਜੀ। ਬੰਦਾ ਨਾ ਕੰਮ ਕਰਕੇ ਰਾਜੀ ਨਹੀਂ, ਬਾਹਰ ਜਾ ਕੇ ਗੋਰਿਆਂ ਦੇ ਕੋਲ ਜਾ ਕੇ ਝਾੜੂ ਪੋਚਾ ਕਰ ਲੈਣ ਕਿ ਮੈਂ ਇੰਡੀਆ ਤੋਂ ਬਾਹਰ ਜਾਣਾ, ਅਤੇ ਉਹੀ 20-25-50 ਲੱਖ ਲਾ ਕੇ ਇੰਡੀਆ 'ਚ ਆਪਦਾ ਕੰਮ ਨਹੀਂ ਕਰ ਸਕਦੇ, ਠੀਕ ਹੈ। ਮੈਨੂੰ ਨਹੀਂ ਪਤਾ ਕਿ ਕਿਉਂ ਕਰ ਰਹੇ ਨੇ, ਕਿਉਂ ਭੱਜ ਰਹੇ ਨੇ, ਕਿਉਂ ਜਾਣਾ ਚਾਹੁੰਦੇ ਨੇ, ਪਰ ਜੇ ਆਪਾਂ ਉਹੀ ਕੰਮ ਇੰਡੀਆ 'ਚ ਰਹਿ ਕੇ ਕਰੀਏ, ਠੀਕ ਹੈ, ਅਤੇ ਆਪਾਂ ਬਹੁਤ ਕੁਛ ਬਣਾ ਸਕਦੇ ਹਾਂ। ਮੈਂ ਇੱਕ ਗੱਲ ਦੱਸਾਂ, ਜੇ ਮੇਰੇ ਕੰਮ ਦੀ ਵੈਲਿਊ ਵੀ, ਮੇਰੇ ਕੋਲ ਕੁਛ ਬਾਹਰਲੋ ਬੰਦੇ ਆਏ ਨੇ, ਹੈ ਨਾ, ਮੇਰਾ ਬ੍ਰਦਰ ਵੀ ਹੈਗਾ, ਉਹ ਕਹਿੰਦੇ ਕਿ ਯਾਰ ਇਸ ਚੀਜ਼ ਦੀ ਵੈਲਿਊ ਆਪਣੇ ਇੰਡੀਆ 'ਚ ਘੱਟ ਹੈ, ਜਿਹੜੀ ਤੂੰ ਇੱਥੇ 20,000 ਦੀ ਵੇਚਦਾ, ਕਹਿੰਦਾ ਉੱਥੇ 2,00,000 ਦੀ ਵਿਕ ਜੂਗੀ, ਕਹਿੰਦਾ ਬਾਹਰ ਜਾ ਕੇ ਵੇਚ। ਮੈਂ ਕਿਹਾ ਪਰ ਬਣਾਊਂਗਾ ਮੈਂ ਇੰਡੀਆ 'ਚ ਹੀ, ਇੱਧਰ ਦੇ ਹੀ ਲੋਕਾਂ ਨੂੰ ਕੰਮ ਦਊਂਗਾ, ਬਣਾਊਂਗਾ ਇੱਥੇ ਹੀ, ਵੇਚ ਆਪਾਂ ਚਾਹੇ ਬਾਹਰ ਦਈਏ, ਪ੍ਰੋਫਿਟ ਉੱਧਰਲਾ ਲੈ ਲਈਏ, ਕੰਮ ਆਪਾਂ ਇੰਡੀਆ 'ਚ ਕਰਾਂਗੇ, ਠੀਕ ਹੈ। ਇਹ ਆਪਦਾ ਹੀ ਸ਼ੌਕ ਹੈਗਾ, ਆਪਦੇ ਸੋਸਾਇਟੀ ਲਈ, ਆਪਦੇ ਪੰਜਾਬ ਲਈ, ਹੈ ਨਾ, ਕੰਮ ਕਰਨਾ ਚਾਹੁੰਦੇ ਹਾਂ ਤਾਂ ਕਰਕੇ। ਅਤੇ ਮੈਂ ਲੋਕਾਂ ਨੂੰ ਵੀ ਕਹੂੰਗਾ ਕਿ ਆਪਦਾ ਕੁਛ ਨਾ ਕੁਛ ਇਹੋ ਜਿਹਾ ਸ਼ੌਕ ਪਾਲਣ,
ਕਿ ਇੱਕ ਵੱਖਰਾ ਹੋਵੇ, ਆਪਦੇ ਵਾਸਤੇ ਰਿਲੈਕਸੇਸ਼ਨ ਵੀ ਹੋਵੇ ਅਤੇ ਕਮਾਈ ਦਾ ਜ਼ਰੀਆ ਵੀ ਬਣੇ। ਇੱਕ ਜਾਣਕਾਰੀ ਵਾਸਤੇ ਆਪਣਾ ਲੋਗੋ ਕੀ ਹੈ, ਕੀ ਸਿੰਬਲ ਬਣਿਆ ਆਪਣਾ? ਤੁਸੀਂ ਇਹ ਵਾਲਾ ਮੇਰਾ ਲੋਗੋ ਹੈ ਜੀ, ਟੀ ਸ਼੍ਰੀ ਆਰਟਸ, ਸ਼੍ਰੀ ਆਰਟ। ਇੰਸਟਾਗ੍ਰਾਮ, ਫੇਸਬੁੱਕ ਜਾਂ ਯੂਟਿਊਬ 'ਤੇ ਸਰਚ ਕਰੋਗੇ TSHRIART ਹੈ ਨਾ, ਟੀ ਸ਼੍ਰੀ ਆਰਟ ਦੇ ਨਾਮ 'ਤੇ ਸਰਚ ਕਰੋਗੇ, ਤੁਹਾਨੂੰ ਇਹ ਲੋਗੋ ਮਿਲੂਗਾ। ਤੁਸੀਂ ਸਾਨੂੰ ਫੋਲੋ ਵੀ ਕਰ ਸਕਦੇ ਹੋ, ਤੁਹਾਨੂੰ ਕੋਈ ਰਿਕੁਆਇਰਮੈਂਟ ਹੈ ਸਾਨੂੰ ਮੈਸੇਜ ਵੀ ਕਰ ਸਕਦੇ ਹੋ, ਕਾਲ ਵੀ ਕਰ ਸਕਦੇ ਹੋ, ਮੇਰਾ ਕੋਂਟੈਕਟ ਨੰਬਰ ਔਨਲਾਈਨ ਵੀ ਮਿਲ ਜੂਗਾ। ਅਤੇ ਬਾਕੀ ਤੁਸੀਂ ਮੇਰਾ ਇੰਸਟਾਗ੍ਰਾਮ ਸਕੈਨਰ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਤੁਸੀਂ ਸਕੈਨ ਕਰਕੇ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਵੀ ਕਰ ਸਕਦੇ ਹੋ। ਆਪਣਾ ਕੰਟੈਕਟ ਨੰਬਰ? ਹਾਂਜੀ, ਮੇਰਾ ਕੋਂਟੈਕਟ ਨੰਬਰ ਹੈ 6280202869। ਰਿਪੀਟ ਕਰੋ, 6280202869। ਆਪਣੀ ਲੋਕੇਸ਼ਨ ਦੱਸ ਦਿਓ। ਆਪਣੀ ਬਠਿੰਡਾ ITI ਚੌਕ ਦੇ ਉੱਤੇ ਵਰਕਸ਼ਾਪ ਹੈ, ਵਰਕਸ਼ਾਪ ਸ਼ੋਰੂਮ ਆ ਸਾਰੀ ਉੱਧਰ ਹੀ ਹੈ, ਅਸੀਂ ਉੱਥੇ ਹੀ ਬਣਾਉਂਦੇ ਹਾਂ। ਔਨ ਦਾ ਸਪੋਟ ਤੁਹਾਡੇ ਕੋਲ ਵਰਾਇਟੀ ਘੱਟ ਮਿਲਣਗੀ, ਪਰ ਜੇ ਤੁਸੀਂ ਕੁਝ ਚਾਹੁੰਦੇ ਹੋ ਤੁਹਾਨੂੰ ਹਰ ਤਰ੍ਹਾਂ ਦੀ ਵਰਾਇਟੀ ਮਿਲ ਜੂਗੀ, ਹਰ ਤਰ੍ਹਾਂ ਦਾ ਆਰਟ ਵਰਕ ਮਿਲ ਜੂਗਾ, ਤੁਸੀਂ ਸਾਡੇ ਤੋਂ ਹਰ ਤਰ੍ਹਾਂ ਦਾ ਆਰਟ ਵਰਕ ਲੈ ਸਕਦੇ ਹੋ। ਹਾਂਜੀ, ਬਹੁਤ ਵਧੀਆ ਗੱਲਬਾਤ ਲੱਗੀ ਜੀ। ਅਤੇ ਜਿਹੜੇ ਮੇਰੇ ਵੀਰ ਵੀਡੀਓ ਦੇਖ ਰਹੇ ਨੇ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਲੱਗੀ। ਅਗਲੇ ਵਾਰੀ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਧੰਨਵਾਦ ਜੀ, ਮਿਹਰਬਾਨੀ। ਥੈਂਕ ਯੂ ਜੀ।